ਪੈਂਤਵੀਂ ਕਹਾਣੀ, ਦਿਆਲੂ ਪਿਤਾ ਦੀ ਕਹਾਣੀ। ਇੱਕ ਦਿਨ ਇਸਮੇ ਇਹਨਾਂ ਮਤਿਆਂ ਲੋਕਾਂ ਜੋ ਸਿੱਖਸਾ ਦਿਆ ਦਾ ਥਾ, ਜਿਹੜੇ ਤਿਸਦੀ ਇਹ ਸੁਣਨੇ ਤਾਂ ਇਕੱਠੇ ਹੋਏ ਥੇ। ਇਹ ਲੋਕ ਚੁੰਗੀ ਲੈਣੇ ਵਾਲੇ ਕਨੇ ਸੋਗੀ ਹੋਰ ਮਤੇ ਲੋਕ ਵੀ ਥੇ, ਜਿਨ੍ਹਾਂ ਮੂਸਾ ਦੀ ਵਿਵਸਥਾ ਜੋ ਨੀ ਮੰਨਣੇ ਦਾ ਅਭਿਆਸ ਕੀਤਾ ਥਾ। ਕੁਛ ਧਾਰਮਿਕ ਆਗੂਆਂ ਦੇਖਿਆ ਕਿ ਯਿਸੂ ਤਿਨ੍ਹਾਂ ਲੋਕਾਂ ਨੇ ਇੱਕ ਦੋਸਤਾਂ ਸਾਹੀਏ ਗੱਲ ਕਰਦਾ ਥਾ। ਇਸ ਤਾਈਂ ਤਿਨ੍ਹਾਂ ਇੱਕੀ ਦੂਏ ਨੇ ਇਹ ਗਲਾਣਾ ਸ਼ੁਰੂ ਕਰੀ ਦਿੱਤਾ ਕਿ ਸਹਿ ਗਲਤ ਕਰਦਾ ਥਾ। ਇਸਮੇ ਤਿਨ੍ਹਾਂ ਜੋ ਗੱਲਾਂ ਕਰਦੇ ਸੁਣਿਆ, ਇਸ ਤਾਈਂ ਤਿੰਨੀ ਤਿਨ੍ਹਾਂ ਜੋ ਇਹ ਕਹਾਣੀ ਦੱਸੀ। ਇੱਕ ਮਾਣੂ ਥਾ ਜਿਸਦੇ ਦੋ ਪੁੱਤਰ ਥੇ। ਲੋਕੇ ਪੁੱਤਰੇ ਆਪਣੇ ਬੁੜੇ ਨੇ ਗਲਾਇਆ, ਹੇ ਬਾਪੂ ਮਿੰਜੋ ਹੁਣੀ ਮੇਰਾ ਹਿੱਸਾ ਚਾਹੀਦਾ। ਪਰ ਬੁੜੇ ਆਪਣੇ ਦੋਨੀ ਪੁੱਤਰਾਂ ਦੇ ਵਿੱਚ ਆਪਣੀ ਧਨ ਦੌਲਤ ਬਣੀ ਦਿੱਤੀ। ਤਲੂ ਹੀ ਲੋਕਾ ਪੁੱਤਰ ਆਪਣਾ ਸਾਰਾ ਕੁਛ ਇਕੱਠਾ ਕਰੀਕੇ ਦੂਰ ਦੇਸੇ ਜੋ ਚਲੀ ਗਿਆ, ਕਨੇ ਪਾਪੀ ਜ਼ਿੰਦਗੀ ਜੀਣੇ ਜੋ ਆਪਣੇ ਸਾਰੇ ਪੈਸੇ ਜੋ ਬਰਬਾਦ ਕਰੀ ਦਿੱਤਾ। ਇਸ ਤੋਂ ਬਾਅਦ ਜਿੱਥੋਂ ਲੋਕਾ ਪੁੱਤਰ ਥਾ, ਇਸ ਦੇਸੇ 'ਚ ਇੱਕ ਭਿਅੰਕਰ ਅਕਾਲ ਪਿਆ, ਕਨੇ ਤਿਸ ਅੱਲੀ ਖਾਣੇ ਤਾਈਂ ਪੈਸੇ ਨਹੀਂ ਥੇ। ਇਸ ਤਾਈਂ ਤਿਸੀਓ ਜਿਹੜਾ ਕੰਮ ਮਿਲਿਆ ਸਹਿ ਸੂਰਾਂ ਜੋ ਚਰਾਣੇ ਦਾ ਥਾ। ਸਹਿ ਇਤਨਾ ਦੁਖੀ ਕਨੇ ਭੁੱਖਾ ਥਾ ਕਿ ਸਹਿ ਸੂਰਾਂ ਦੇ ਖਾਣੇ ਜੋ ਖਾਣਾ ਚਾਹੁੰਦਾ ਥਾ। ਆਖਰੀ 'ਚ ਜਿਸ ਲੋਕੇ ਪੁੱਤਰੇ ਆਪਣੇ ਬਾਰੇ 'ਚ ਗਲਾਇਆ, ਮੈਂ ਕਿਆ ਕਰਦਾ ਹੈ, ਮੇਰੇ ਬੁੜੇਲ ਦੇ ਸਾਰੇ ਨੌਕਰਾਂ ਅੱਲੀ ਖਾਣੇ ਤਾਈਂ ਮਤਾ ਹੈ, ਫਿਰ ਵੀ ਮੈਂ ਇੱਥੋਂ ਭੁੱਖਾ ਦਾ ਮਰਦਾ ਹੈ। ਮੈਂ ਆਪਣੇ ਬੁੜੇ ਅੱਲੀ ਵਾਪਸ ਜਾਂਗਾ, ਕਨੇ ਆਪਣੇ ਬੁੜੇ ਦਾ ਨੌਕਰ ਬਣਨੇ ਤਾਈਂ ਇਸਨੇ ਬੇਨਤੀ ਕਰਗਾ। ਪਰ ਤਿਸ ਲੋਕੇ ਪੁੱਤਰੇ ਦਾ ਵਾਪਸ ਆਪਣੇ ਬੁੜੇ ਦੇ ਘਰੇ ਜੋ ਜਾਣਾ ਸ਼ੁਰੂ ਕੀਤਾ। ਜਾਲੂ ਕਿ ਸਹਿ ਅੱਲੀ ਦੂਰ ਹੀ ਤਾ, ਇਸਦੇ ਬੁੜੇ ਤਿਸੀਓ ਦੇਖਿਆ, ਕਨੇ ਇਸ ਪਰ ਤਰਸ ਖਾਦਾ। ਸਹਿ ਦੌੜੀ ਕਰੀ ਆਪਣੇ ਪੁੱਤਰੇ ਅੱਲੀ ਗਿਆ, ਕਨੇ ਤਿਸੀਓ ਗਲੇ ਲਗਾਈ ਕਰੀ ਚੁੰਮਿਆ। ਇਸ ਪੁੱਤਰੇ ਗਲਾਇਆ, ਹੇ ਪਿਤਾ ਮੈਂ ਪਰਮਾਤਮਾ ਕਨੇ ਤੇਰੇ ਖਿਲਾਫ ਪਾਪ ਕੀਤਾ ਹੈ, ਮੈਂ ਤੇਰਾ ਪੁੱਤਰ ਗਲਾਣੇ ਦੇ ਲਾਇਕ ਵੀ ਨਹੀਂ ਹੈ। ਅਪਰ ਬੁੜੇ ਆਪਣੇ ਇੱਕ ਨੌਕਰੇ ਜੋ ਗਲਾਇਆ, ਝੱਟ ਜਾਈ ਕਰੀ ਸਭਨਾ ਤੇ ਛੈਲ ਕੱਪੜੇ ਲਈ ਉਰਿਆ, ਕਨੇ ਮੇਰੇ ਪੁੱਤਰੇ ਜੋ ਪਹਿਨਾਈ ਦਿਆ, ਜਿਸ ਦੀ ਆ ਉਂਗਲੀਏ 'ਚ ਗੁੱਠੀ ਕਨੇ ਪੈਰਾਂ 'ਚ ਜੁੱਤੀਆਂ ਪਹਿਨਾਈ ਦਿਆ, ਫਿਰ ਸਭਨਾ ਤੇ ਖਰਾ ਬੱਛੂ ਮਾਰਾ ਤਾਂ ਕਿ ਅਹਾਂ ਖਾਣਾ ਖਾਣ ਕਨੇ ਖੁਸ਼ੀ ਮਨਾਨ। ਕਜੋ ਕਿ ਮੇਰਾ ਪੁੱਤਰ ਮਰੀ ਗਿਆ ਥਾ, ਅਪਰ ਹੁਣ ਸਹਿ ਜਿੰਦਾ ਹੈ। ਸਹਿ ਖੋਈ ਗਿਆ ਥਾ, ਅਪਰ ਹੁਣ ਅਹਾਂ ਤਿਸੀਓ ਪਾਈ ਲਿਆ ਹੈ। ਇਸ ਤਾਈਂ ਲੋਕਾਂ ਖੁਸ਼ੀ ਮਨਾਉਣਾ ਸ਼ੁਰੂ ਕੀਤਾ। ਕੁਛ ਵਕਤ ਬੀਤਣੇ ਪਰ ਵੱਡਾ ਪੁੱਤਰ ਪੱਟੀਆਂ ਤੇ ਕੰਮ ਕਰੀ ਨੇ ਘਰਿਓ ਆਉਂਦਾ ਥਾ। ਤਿੰਨੀ ਗਾਣੇ ਕਨੇ ਨੱਚਣੇ ਦੀ ਆਵਾਜ਼ ਸੁਣੀ, ਕਨੇ ਹੈਰਾਨ ਹੋਇਆ ਕਿ ਇਹ ਕਿਆ ਹੋਦਾ ਹੈ। ਜਾਲੂ ਵੱਡੇ ਪੁੱਤਰੇ ਜੋ ਪਤਾ ਲੱਗਾ ਕਿ ਸਹਿ ਖੁਸ਼ੀ ਮਨਾ ਦੇ ਥੇ, ਕਜੋ ਕਿ ਤਿਸਦਾ ਭਾਉ ਘਰੇ ਜੋ ਵਾਪਸ ਆਈ ਗਿਆ ਥਾ, ਤਾਂ ਸਹਿ ਬੜਾ ਗੁੱਸਾ ਹੋਇਆ, ਕਨੇ ਘਰੇ 'ਚ ਨਹੀਂ ਆਇਆ। ਤਿਸਦੇ ਬੁੜੇ ਬਾਹਰ ਆਈ ਕਰੀ ਤਿੰਨੀ ਤਿੰਨਾਂ ਸੋਗੀ ਖੁਸ਼ੀ ਮਨਾਉਣੇ ਜੋ ਬੇਨਤੀ ਕੀਤੀ, ਅਪਰ ਤਿੰਨੀ ਮਨਾ ਕਰੀ ਦਿੱਤਾ। ਤਿੰਨੀ ਵੱਡੇ ਪੁੱਤਰੇ ਆਪਣੇ ਬੁੜੇ ਜੋ ਗਲਾਇਆ, ਇਹਨਾਂ ਸਾਰਿਆਂ ਸਾਲਾਂ 'ਚ ਮੈਂ ਤੀਜੋ ਤਾਈਂ ਇਤਨਾ ਕੰਮ ਕਰਦਾ ਰਿਹਾ, ਕਦੀ ਵੀ ਤੇਰੀ ਇਹ ਗੱਲਾਂ ਜੋ ਮੈਂ ਮਨਾ ਨਹੀਂ ਕੀਤਾ, ਅਪਰ ਤੈਂ ਕਦੀ ਵੀ ਇੱਕ ਲੋਕੀ ਬੱਕਰੀ ਵੀ ਨਹੀਂ ਦਿੱਤੀ ਤਾਂ ਕਿ ਮੈਂ ਆਪਣੇ ਦੋਸਤਾਂ ਸੋਗੀ ਖੁਸ਼ੀ ਮਨਾਈ ਸਕੈਂ। ਅਪਰ ਤੇਰੇ ਇਸ ਪੁੱਤਰੇ ਤੇਰੇ ਧਨੇ ਦੌਲਤ ਜੋ ਪਾਪੇ ਦੇ ਕੰਮੇ 'ਚ ਬਰਬਾਦ ਕਰੀ ਦਿੱਤਾ, ਕਨੇ ਹੁਣ ਜਾਲੂ ਸਹਿ ਆਇਆ ਤਾਂ ਇਸਦੇ ਤਾਈਂ ਖੁਸ਼ੀ ਮਨਾਉਣੇ ਜੋ ਤੈਂ ਸਭਨਾ ਤੇ ਖਰੇ ਬਛੂਏ ਜੋ ਮਾਰੀ ਦਿੱਤਾ।
ਬੁੜਾ ਜਵਾਬ ਦਿੱਤਾ, ਹੇ ਮੇਰੇ ਪੁੱਤਰ, ਤੂੰ ਸਦਾ ਮਿੰਜੇ ਸੋਗੀ ਹੈ, ਕਨੇ ਜਿਹੜਾ ਕੁਛ ਮੇਰਾ ਹੈ ਸਹਿ ਸਾਰਾ ਤੇਰਾ ਹੈ, ਅਪਰ ਆਹਾਂ ਤਾਈ ਖੁਸ਼ੀ ਮਨਾਣਾ ਠੀਕ ਹੈ, ਕਜੋ ਕਿ ਤੇਰਾ ਭਾਉ ਮਰੀ ਗਿਆ ਥਾ, ਅਪਰ ਹੁਣ ਸਹਿ ਜਿੰਦਾ ਹੈ, ਸਹਿ ਖੋਈ ਗਿਆ ਥਾ, ਅਪਰ ਹੁਣ ਆਹਾਂ ਤਿਸੀਓ ਪਾਈ ਲਿਆ ਹੈ।